ਕੇਂਦਰ ਸਰਕਾਰ ਵੱਲੋਂ ਜਦੋਂ ਦੇ ਖੇਤੀ ਕਾਨੂੰਨ ਬਣਾਏ ਗਏ ਹਨ ਉਦੋਂ ਤੋਂ ਹੀ ਇਹਨਾਂ ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਵੱਲੋਂ ਲਗਾਤਾਰ ਸੰਘਰਸ਼ ਚਲਾਇਆ ਜਾ ਰਿਹਾ ਹੈ। ਇਹੀ ਨਹੀਂ ਉਦੋਂ ਤੋਂ ਇਸ ਸੰਘਰਸ਼ ਵਿੱਚ ਹਰ ਵਰਗ ਵੀ ਆਪਣਾ ਯੋਗਦਾਨ ਦੇ ਰਿਹਾ ਹੈ। ਚਾਹੇ ਕੋਈ ਵੀ ਵਰਗ ਹੋਵੇ, ਹਰ ਕੋਈ ਕਿਸਾਨੀ ਸੰਘਰਸ਼ ਦੇ ਨਾਲ ਜੁੜਿਆ ਹੈ ਅਤੇ ਟਰੈਕਟਰ, ਟਰਾਲੀਆਂ, ਬੱਸਾਂ, ਗੱਡੀਆਂ, ਮੋਟਰਸਾਈਕਲਾਂ ਅਤੇ ਸਾਈਕਲਾਂ 'ਤੇ ਸਵਾਰ ਹੋ ਕੇ ਦਿੱਲੀ ਅੰਦੋਲਨ ਵਿੱਚ ਪਹੁੰਚ ਰਹੇ ਹਨ। ਪਰ ਬਟਾਲੇ 'ਚ ਇਸ ਅੰਦੋਲਨ ਦਾ ਲਾਕੀ ਨਜ਼ਾਰਾ ਦੇਖਣ ਨੂੰ ਮਿਲਿਆ। ਇੱਕ 70 ਸਾਲ ਦਾ ਬਜ਼ੁਰਗ ਕਿਸਾਨ ਹਰਭਜਨ ਸਿੰਘ, ਜੋ ਬਟਾਲੇ ਦੇ ਨਜ਼ਦੀਕੀ ਆਪਣੇ ਪਿੰਡ ਲਾਲਵਾਲਾ ਤੋਂ ਗੁਰੂ ਦਾ ਓਟ ਆਸਰਾ ਲੈ ਕੇ ਦਿੱਲੀ ਕਿਸਾਨੀ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਦੌੜ ਲਗਾਉਣੀ ਸ਼ੁਰੂ ਕਰ ਦਿੱਤੀ ਹੈ। 500 ਕਿਲੋਮੀਟਰ ਦਾ ਦਿੱਲੀ ਤੱਕ ਦਾ ਇਹ ਸਫ਼ਰ ਬਜ਼ੁਰਗ ਕਿਸਾਨ ਦੌੜ ਕੇ ਪੂਰਾ ਕਰੇਗਾ। 70 ਸਾਲ ਦਾ ਬਜ਼ੁਰਗ ਕਿਸਾਨ ਹਰਭਜਨ ਸਿੰਘ ਵੱਲੋਂ ਰੋਜ਼ਾਨਾ 35 ਕਿਲੋਮੀਟਰ ਦੌੜ ਕੇ ਸਫ਼ਰ ਤੈਅ ਕਰੇਗਾ ਅਤੇ 15 ਦਿਨਾਂ ਵਿੱਚ ਦਿੱਲੀ ਕਿਸਾਨੀ ਅੰਦੋਲਨ ਵਿੱਚ ਪਹੁੰਚੇਗਾ। ਹਰਭਜਨ ਸਿੰਘ ਦਾ ਵੱਖ ਵੱਖ ਥਾਵਾਂ 'ਤੇ ਸਨਮਾਨ ਕੀਤਾ ਗਿਆ। ਸਭ ਤੋਂ ਪਹਿਲਾਂ ਅਚਲ ਸਾਹਿਬ ਰਗੜ ਨੰਗਲ 'ਤੇ ਸਵਾਗਤ ਕੀਤਾ ਗਿਆ। ਇਸ ਮੌਕੇ ਹਰਭਜਨ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਜੋ ਕੇਂਦਰ ਸਰਕਾਰ ਨੇ 3 ਕਾਲੇ ਕਾਨੂੰਨ ਲੈ ਕੇ ਆਏ ਹਨ, ਉਹਨਾਂ ਨੂੰ ਜਲਦੀ ਤੋਂ ਜਲਦ ਰੱਦ ਕੀਤਾ ਜਾਵੇ। ਜਿਹੜੇ ਮੋਦੀ ਦੇ ਕਾਲੇ ਕਾਨੂੰਨ ਕੱਢੇ, ਉਹਨਾਂ ਕਾਲੇ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਚੱਲੇ ਆ। ਮੋਦੀ ਦੀ ਸਰਕਾਰ ਦਿੱਤਾ ਹੈ, ਇਹ ਕਿਸ ਤਰ੍ਹਾਂ ਵੇਚਦਾ? ਸਾਡੀ ਮਾਂ ਆ ਜ਼ਮੀਨ, ਸਾਡੇ ਦਾਦਿਆਂ ਬਾਬਿਆਂ ਦੀ ਜ਼ਮੀਨ ਆ, ਅਤੇ ਅਸੀਂ ਪੈਲੀਆਂ ਬਣਾ ਬਣਾ ਬਲਦਾਂ ਦੀਆਂ ਹਾਲੀਆਂ ਹਾਲ ਵਾਹ ਵਾਹ ਕੇ ਪੈਲੀਆਂ ਬਣਾਈਆਂ ਨੇ। ਹੁਣ ਇਹਦੇ ਦੇਸ਼ ਸਾਡਾ ਉਤਰਾ ਵੇਚ ਦਿੱਤਾ, ਇੱਕ ਨੂੰ ਪੁੱਛ ਕੇ ਵੇਚਿਆ। ਸਾਡੀ ਜ਼ਮੀਨ ਸਾਡੀ ਅਤੇ ਵੇਚ ਮੋਦੀ ਨੇ ਦਿੱਤੀ, ਇੱਕ ਤਰ੍ਹਾਂ ਵੇਚਦੀ ਆ। ਜੇ ਹੁਣ ਮੰਨੇ ਆ ਕਿ ਸਾਡੇ ਨਾਲ ਆਣ ਕੇ ਬਹਿ ਕੇ ਫੈਸਲਾ ਕਰ, ਤੇਰਾ ਦੇਣਾ ਤਾਂ ਉਹ ਲੈ, ਜੇ ਸਾਡਾ ਦੇਣਾ ਸਾਡਾ ਹੱਕ ਸਾਨੂੰ ਦੇ, ਸਾਡਾ ਹੱਕ ਹੱਕ ਹੈ, ਸਾਡਾ ਹੱਕ ਹੱਕ ਹੈ, ਇੱਥੇ ਰੱਖ ਪਿੰਡ ਵਾਸੀਆਂ ਵੱਲੋਂ ਹਰਭਜਨ ਸਿੰਘ ਨੂੰ ਮਾਣ ਮਿਲ ਰਿਹਾ ਅਤੇ ਪਿੰਡ ਦੇ ਲੋਕਾਂ ਵੱਲੋਂ ਹਰ ਤਰ੍ਹਾਂ ਦੇ ਨਾਲ ਸਾਥ ਦਿੱਤਾ ਜਾ ਰਿਹਾ ਹੈ। ਪਿੰਡ ਦੇ ਸਰਪੰਚ ਅਤੇ ਹਰਭਜਨ ਸਿੰਘ ਦੇ ਪਿੰਡ ਦੇ ਨੌਜਵਾਨ ਸਾਥੀਆਂ ਦਾ ਕਹਿਣਾ ਸੀ ਕਿ ਹਰਭਜਨ ਸਿੰਘ ਦੇ ਜਜ਼ਬੇ ਉੱਤੇ ਮਾਣ ਹੈ। ਉਸਨੇ ਇਸ ਤਰ੍ਹਾਂ ਦੌੜ ਲਗਾ ਕੇ ਦਿੱਲੀ ਕਿਸਾਨੀ ਅੰਦੋਲਨ ਵਿੱਚ ਪੁੱਜਣ ਦਾ ਫੈਸਲਾ ਕੀਤਾ ਹੈ। ਪੂਰੇ ਪਿੰਡ ਇਹਨਾਂ ਦੇ ਨਾਲ ਹੈ ਅਤੇ ਇਹਨਾਂ ਨੂੰ ਹਰ ਤਰ੍ਹਾਂ ਨਾਲ ਸਮਰਥਨ ਕਰਦਾ ਰਿਹਾ ਹੈ ਤਾਂ ਕਿ ਹਰਭਜਨ ਸਿੰਘ ਆਪਣੇ ਮਕਸਦ ਵਿੱਚ ਕਾਮਯਾਬ ਹੋ ਸਕੇ। ਇਸ ਮੌਕੇ ਹਰਜੀਤ ਸਿੰਘ ਪਰਮਾਰ ਨੇ ਹਰਭਜਨ ਸਿੰਘ ਨੂੰ ਸਨਮਾਨਿਤ ਕੀਤਾ। ਮੈਂ ਤੇ ਹੈਰਾਨ ਹੋ ਗਿਆ ਕਿ ਸਾਡੇ ਬਜ਼ੁਰਗ ਸਰਦਾਰ ਭਜਨ ਸਿੰਘ ਜੀ 75 ਸਾਲ ਦੀ ਉਮਰ ਵਿੱਚ ਦਿੱਲੀ ਭੱਜ ਕੇ ਜਾ ਰਹੇ ਆ, ਤੇ ਕੁਝ ਆਪਾਂ ਉਹ ਜਿਹੇ ਲੋਕ ਵੀ ਆ ਗਏ ਜਿਹੜੇ ਗੱਡੀਆਂ 'ਤੇ ਨਹੀਂ ਜਾ ਸਕਦੇ ਹੈ। ਪਰ ਮੈਂ ਇਸ ਚੀਜ਼ ਦੀ ਯਕੀਨ ਹੋ ਗਿਆ ਅੱਜ ਕਿ ਬਾਪੂ ਜੀ ਨੇ, ਮੈਂ ਤੇ ਹੱਥ ਜੁੜ ਕੇ ਇਹਨਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਿਊਜ਼ ਡੈਸਕ ਤੋਂ ਹਰਮਨ ਜੰਡੂ ਦੇ ਨਾਲ ਸੰਦੀਪ ਸਿੰਘ ਸਹੋਤਾ, ਵਾਇਸ ਆਫ ਪੰਜਾਬ ਬਟਾਲਾ। ਮੇਰਾ ਨਾਮ ਅਜਵਿੰਦਰ ਕੌਰ ਹੈ, ਮੈਂ ਚੱਕ ਪ੍ਰੇਮਾ ਤੋਂ ਬਿਲੋਂਗ ਕਰਦੀ ਹਾਂ। ਮੈਂ 2018 ਵਿੱਚ +2 ਮੈਡੀਕਲ ਸਟ੍ਰੀਮ ਦੇ ਵਿੱਚ ਕੀਤੀ ਹੈ ਵਿਦ 70% ਮਾਰਕਸ, ਐਂਡ ਮੇਰੇ ਆਈਲਸ ਵਿੱਚ 6.5 ਮਾਰਕਸ ਸੀਗੇ। ਐਂਡ ਮੇਰੇ ਰਿਲੇਟਿਵਸ ਨੇ ਮੈਨੂੰ ਰਿਕਮੈਂਡ ਕੀਤਾ BN ਓਵਰਸੀਜ਼, ਐਂਡ ਤਾਂ ਕਿ ਮੈਂ ਆਪਣਾ ਵੀਜ਼ਾ ਅਪਲਾਈ ਕਰ ਸਕਾਂ। ਸੋ ਜਦੋਂ ਮੈਂ ਇੱਥੇ ਆਈ ਤਾਂ ਮੈਨੂੰ BN ਓਵਰਸੀਜ਼ ਸਰਵਿਸਿਜ਼ ਬਹੁਤ ਵਧੀਆ ਲੱਗੀਆਂ। ਐਂਡ ਜਦੋਂ ਮੈਂ ਮੇਰਾ ਵੀਜ਼ਾ ਅਪਲਾਈ ਕੀਤਾ ਸੀਗਾ ਮੈਂ COVID-19 ਦੇ ਵਿੱਚ, ਐਂਡ ਇਹਨਾਂ ਨੇ ਮੈਨੂੰ ਬਹੁਤ ਵਧੀਆ ਗਾਈਡ ਕੀਤਾ। ਅਤੇ ਅੱਜ ਮੈਂ ਆਪਣਾ ਵੀਜ਼ਾ ਸਟੈਂਪ ਹੋਇਆ ਆਪਣੇ ਮੇਰੇ ਹੱਥ ਵਿੱਚ ਹੈਗਾ ਆ। ਐਂਡ ਮੈਂ ਬਾਕੀਆਂ ਨੂੰ ਵੀ ਰਿਕਮੈਂਡ ਕਰੂੰਗੀ ਕਿ ਇੱਕ ਵਾਰੀ BN ਓਵਰਸੀਜ਼ ਆਓ ਐਂਡ ਆਪਣੇ ਡ੍ਰੀਮਸ ਪੂਰੇ ਕਰੋ। ਜੇ ਤੁਹਾਡੇ ਵਿੱਚ ਵੀ ਹੈ ਲਿਖਣ ਦੀ ਇੱਛਾ ਸ਼ਕਤੀ, ਜੇ ਤੁਹਾਡੇ ਆਲੇ ਦੁਆਲੇ ਵੀ ਹੋ ਰਿਹਾ ਹੈ ਕੁਝ ਗਲਤ, ਜੇ ਤੁਸੀਂ ਵੀ ਚਾਹੁੰਦੇ ਹੋ ਸਮਾਜ 'ਚ ਸੁਧਾਰ ਲੈ ਕੇ ਆਉਣਾ, ਤਾਂ ਸੋਚਦੇ ਕੀ ਹੋ? ਅੱਜ ਹੀ ਜੁੜੋ ਵੌਇਸ ਆਫ ਪੰਜਾਬ ਦੇ ਨਾਲ। ਵੌਇਸ ਆਫ ਪੰਜਾਬ ਨੂੰ ਪੰਜਾਬ ਦੇ ਵੱਖ ਵੱਖ ਸ਼ਹਿਰਾਂ 'ਚ ਪੱਤਰਕਾਰਾਂ ਦੀ ਲੋੜ ਹੈ। ਸਾਡੇ ਨਾਲ ਇਹਨਾਂ ਮੋਬਾਈਲ ਨੰਬਰਾਂ 'ਤੇ ਸੰਪਰਕ ਕਰੋ, 9814400041, 9788000870। ਤੁਸੀਂ ਸਾਨੂੰ ਮੇਲ ਵੀ ਕਰ ਸਕਦੇ ਹੋ, ਸਾਡਾ ਈਮੇਲ ਆਈਡੀ ਹੈ voiceofpunjabtv@gmail.com।